रहमान रहीम, अस्सलाम वालेकुम। अल्लाह में हमें खुश रखे, बाद रखे, अच्छे दुआ करते हैं, विश्कुन प्रेस पास करते हैं, उसमें आप चैनल सब्सक्राइब की तरह सब्सक्राइब करो, बेल बटन लाजम प्रेस करो ताकि सारी आने वाली हर वीडियो टाइम से तक पहुंच सके। अच्छा जी, अज का ब्लॉग कुछ इस तरह का, क्योंकि जी सुबह सुबह टाइम है, सुबह इन्नी भी नहीं सुबह हैगी क्योंकि 8 बजे चल रहा, तो क्योंकि जी बच्चे छुट्टी सी ऐतवार अज, तो छुट्टी बच्चों ने हूँ उठे हैं बच्चे भी और मैं भी, तो उठी हैरान हो गई मैं तो देख के, ते इन्नी बहुत ज़्यादा हैरान हुई मैं, ते बच्चों ने मैं हूँ क्या दूसरा, मैं चलो उठो दूसरा मुँह धोवो धो के नाश्ता वगैरह बनानी है, नाश्ता वगैरह करो, हजे हजे फेल हजे कंबल भी पे हुए, देखो दोनों भरा कंबल च पे हुए, देखो कमरे च पए हुए, क्योंकि जी ये मस्जिद अज तां नहीं गए हैगे क्योंकि जी इन्हां दे उस्ताद दी हैगी शादी, वो अपने गाँव गए हुए उत्थे अपनी शादी करवाउण ऐदां जाना इवें ना अज दावत सा दे साथ मैंने कीती साथ खाने के आना तुसी ही। अच्छा, दाओ 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 तो खाना जाना उत्थे, ते नाल दी बेटी भी आ गया, देखो अस्सलाम वालेकुम। वालेकुम सलाम, ਤੇ ਬੱਚੇ ਮਸ਼ਾ ਉੱਠ ਉੱਠ ਪਏ ਕਿਉਂਕਿ ਮਸਜਿਦ ਫਿਰ ਤਾਂ ਨਹੀਂ ਗਏ ਹੈਗੇ ਕਿਉਂਕਿ ਕਾਰੀ ਸਾਹਿਬ ਹੈ ਨਹੀਂ ਸੀ ਇੱਥੇ, ਤੇ ਬੱਚੇ ਤਾਂ ਕਾਰੀ ਸਾਹਿਬ ਕੋਲ ਪੜ੍ਹਦੇ ਆ, ਤੇ ਬੇਟੀਆਂ ਮੇਰੀਆਂ ਉਹ ਪੜ੍ਹਦੀਆਂ ਉਹ ਕਾਰੀ ਸਾਹਿਬ ਦੀ ਭੈਣ ਕੋਲੇ, ਫਿਰ ਇਸ ਵਾਰ ਸ਼ਾਦੀ ਤੇ ਗਏ ਹੋਏ ਆ, ਤੇ ਇਸ ਵਾਰ ਛੁੱਟੀ ਹੈ ਬੱਚਿਆਂ ਨੂੰ, ਸਕੂਲੋਂ ਤਾਂ ਛੁੱਟੀ ਹੈਗੀ ਹੈਗੀ ਮਸਜਿਦ ਦੀ ਛੁੱਟੀ ਹੈ, ਇਸ ਵਾਰ ਮੈਂ ਕਿਹਾ ਸਕੂਲ ਨਾ ਪੈ ਰਵੋ, ਤੇ ਮੈਂ ਹੁਣ ਨਾਸ਼ਤਾ ਤੇ ਕਿਉਂਕਿ ਜੀ ਚਾਵਲ ਬਣਾਏ ਸੀਗੇ, ਚਾਵਲ ਗਰਮ ਕਰਾਂਗੀ ਉਹ ਨਾਲ ਚਾਏ ਬਣਾਵਾਂਗੀ ਸਹੀ ਨਾ, ਤੇ ਫਿਰ 12 ਵਜੇ ਬਣਾਵਾਂਗੀ ਰੋਟੀ, ਤੇ ਹੁਣ ਜੀ ਕਿਉਂਕਿ ਜੀ ਕੁਛ ਤਿਆਰੀਆਂ ਵਗੈਰਾ ਵੀ ਕਰਨੀਆਂ ਵਾ, ਉਹ ਵੀ ਆਪਣੇ ਮਾਮੀਆਂ ਨੂੰ ਨਾਲ ਸ਼ੇਅਰ ਕਰਾਂਗੀ ਜਦੋਂ ਤਿਆਰੀਆਂ ਕਰਾਂਗੀ, ਮੈਂ ਕਾਹਦੀਆਂ ਤਿਆਰੀਆਂ ਕਰਨੀਆਂ, ਫਿਲਹਾਲ ਤਾਂ ਮੈਂ ਜਾ ਰਹੀ ਹਾਂ ਬਾਹਰ, ਚੱਲ ਪੈ ਉੱਥੇ ਬਿਸਤਰੇ, ਚੱਲ ਚੱਲ ਸ਼ਾਬਾਸ਼, ਚੱਲ ਬਾਹਰ ਹੀ ਨਿਕਲਣਾ ਆ ਜਾਓ, ਤੇ ਕਿਉਂਕਿ ਮੈਂ ਕੁਛ ਬੇਟੀ ਉੱਪਰ ਆ ਨਾ, ਆਪ ਹੀ ਕਰਦੀ ਪਈ ਆਪ ਹੀ ਆਪ ਆਪਣੇ ਤਾਂ ਥੱਲੇ ਆ ਜਾ ਉੱਠ ਕੇ, ਤੇ ਹੁਣ ਜਾ ਰਹੀ ਹਾਂ ਜੀ ਬਾਹਰ, ਧੁੰਦ ਨਹੀਂ ਹੈਗੀ ਕੈਮਰਾ ਕਰਕੇ ਦਿਖਾ ਬਾਹਰ, ਬਾਹਰ ਇੰਨੀ ਜ਼ਿਆਦਾ ਧੁੰਦ, ਧੁੰਦ ਕਿ ਸਮੋਕ ਪਈ ਹੋਈ ਹੈ ਦੇਖੋ, ਬੈਕ ਕੈਮਰਾ ਕਰਕੇ ਦਿਖਾ ਦੀ ਹਾਂ, ਨਾ ਕਿ ਨਾ ਦਸ਼ ਬਿੱਲੋ ਬਿੱਲੋ ਸਾਡੇ ਮਸਾਇਆਂ ਦੀ ਬਿੱਲੋ ਹਜੇ ਜਿਹੜੀ, ਤੇ ਸਮੋਕ ਦੇਖੋ ਕਿੰਨੀ ਜ਼ਿਆਦਾ ਪਈ ਹੋਈ ਹੈ, ਬਹੁਤ ਸਮੋਕ ਪਈ ਆ, ਹੈ ਵੀ ਨਿਰੀ ਬਿਮਾਰੀ ਆ ਜਿਹੜੀ, ਸਮੋਕ ਜ਼ਿਆਦਾ ਗਲਿਆਂ ਨੂੰ ਪੈਣ ਦੇਈ ਹੈ ਇਹ ਜਿਹੜੀ, ਕਿਉਂਕਿ ਬਹੁਤ ਪੈਣ ਦੇਈ ਆ ਦੇਖੋ ਕਿੰਨੀ ਜ਼ਿਆਦਾ, ਕੋਈ ਸ਼ਹਿਰ ਹੀ ਨਜ਼ਰ ਦੇਈ ਜਾਂਦੇ ਕਿਤੇ ਹੁਣ, ਅਤੇ ਸ਼ੋ ਦੇ ਪਾਪਾ ਹੁਣਾਂ ਦੀ ਕਾਲ ਆਈ ਵੀਡੀਓ ਵੀਡੀਓ ਕਾਲ, ਅਤੇ ਕਹਿੰਦੇ ਉਸਮਾਂ ਕਿੱਦਾਂ, ਮੈਂ ਕਿਹਾ ਕਹਿੰਦਾ ਇੱਧਰ 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 ਸਮੋਕ ਬਹੁਤ ਜ਼ਿਆਦਾ, ਮੈਂ ਕਿਹਾ ਤੁਹਾਡੇ ਵਾਲੇ ਤਾਂ ਜਿਹੜੀ ਹੈਗੀ ਹੈਗੀ ਇੱਧਰ ਆਪਣੀ ਵੀ ਬਹੁਤ ਆ, ਬਹੁਤ ਪਈ ਹੋਈ, ਮੈਂ ਕਿਹਾ ਬੰਦੇ ਨਾਲ ਬੰਦਾ ਨਹੀਂ ਨਜ਼ਰ ਆਉਂਦਾ, ਵਾਲੇਕੁਮ ਸਲਾਮ, ਮੈਂ ਕਿਹਾ ਬਹੁਤ ਜ਼ਿਆਦਾ ਸਮੋਕ ਇੱਧਰ ਵੀ ਪਈ ਹੋਈ ਆ, ਅਤੇ ਬਸ ਕਿਉਂਕਿ ਵੱਡੇ ਵੱਡੇ ਸ਼ਹਿਰਾਂ ਵਿੱਚ ਤਾਂ ਛੁੱਟੀਆਂ ਹੋ ਗਈਆਂ ਵਾ, ਮਗਰ ਇੱਧਰ ਨਹੀਂ, ਸਬਜ਼ੀ ਮਾਸ਼ਾਅੱਲਾ ਮੇਰੀ ਸਾਰੀ ਮਾਸ਼ਾਅੱਲਾ ਉਗ ਪਈ ਹੈ ਸਾਰੀ, ਅਤੇ ਉਹ ਉਹਦੇ ਕਈ ਰੱਖੀ ਹੋਈ ਮੇਰੇ ਨਾਲ ਦੀ ਮਸਾਈ ਜੀ ਕੱਪੜੇ ਫੋਲਣ ਆਈ ਇੱਧਰ, ਜਿਹੜੀ ਅਸੀਂ ਬਾਹਰ ਤਾਰ ਬੰਨੀ ਹੈ,
ਉਹ ਤੇ ਕੱਪੜੇ ਦੇਖਦੇ ਹੀ ਫੁੱਲ ਬਸ ਬੁੜੀਆਂ ਵਾਸਤੇ ਵੀ ਇਹ ਵੀ ਕਿਉਂ ਕੰਮ ਸਾਰੇ ਕਰਨੇ ਹੁੰਦੇ ਟਾਈਮ ਦੇ ਨਾਲ, ਕੱਪੜੇ ਫੁੱਲਨੇ ਹੁੰਦੇ ਧੋ ਧੂ ਕੇ ਟਾਈਮ ਨਾਲ, ਸਰਦੀਆਂ ਨੂੰ ਇਹੀ ਵਕਤ ਹੁੰਦਾ ਟਾਈਮ ਨਾਲ ਜਿਹੜੇ ਕੱਪੜੇ ਨਹੀਂ ਸੁੱਕਦੇ ਹੈਗੇ, ਕੱਪੜੇ ਦੇ ਹੁਣ ਗਰੀਬ ਨਹੀਂ ਫੁੱਲ ਬਾਹਰ ਡਰਾਈ ਮਸ਼ੀਨ ਨਹੀਂ ਹੈਗੀ ਹੈ ਸੋਵੀਆ ਨਹੀਂ ਹੈਗੀ? ਅੱਛਾ ਤੇ ਇੱਧਰ ਇੱਧਰ ਮੇਰੀ ਹੈਗੀ, ਉਹਦੇ 'ਚ ਕਰ ਲਾ ਡਰਾਈ। ਅੱਛਾ ਅੱਛਾ ਚੱਲ ਚੱਲ ਫੋਲ ਦੇ, ਚੱਲ ਕਈ ਅੰਦਰ ਆ ਕੇ ਮਿਰਤੀ ਸ਼ਾਬਾਸ਼। ਬਾਕੀ ਚੱਲ ਗਏ ਸ਼ਾਦੀ ਤੇ? ਇੱਥੇ ਹੀ ਹਜੇ? ਅੱਛਾ ਗਏ ਨਹੀਂ ਹਜੇ ਹੈਗੇ ਹਨ, ਕੱਲ ਜਾਣਾ ਸ਼ਾਦੀ ਤੇ? ਅੱਛਾ ਅੱਛਾ ਜੀ, ਮੇਰੇ ਨਾਲ ਦੇ ਸ਼ਾਦੀ ਆਈ ਆ, ਉਹ ਵੀ ਆਪਣੇ ਤਿਆਰੀਆਂ ਤੁਹਾਨੂੰ ਲੱਗੇ ਲੱਗਿਆ ਅੱਗੇ ਅੱਗੇ ਸ਼ਾਦੀ ਦੀਆਂ ਤਿਆਰੀਆਂ 'ਚ, ਅਤੇ ਕਿਉਂਕਿ ਜੀ ਜੀ ਵੱਡੇ ਵੱਡੇ ਸ਼ਹਿਰਾਂ ਵਿੱਚ ਤਾਂ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਸਕੂਲੋਂ, ਅਤੇ ਮਗਰ ਇੱਧਰ ਸਾਡੇ ਹਜੇ ਛੁੱਟੀਆਂ ਕੋਈ ਨਹੀਂ ਹੋਈਆਂ ਹੈਗੀਆਂ ਬੱਚਿਆਂ ਨੂੰ, ਕਿਉਂਕਿ ਬੱਚੇ ਮਾਸਕ ਵਗੈਰਾ ਲਗਾ ਕੇ ਜਾਂਦੇ, ਇੱਕ ਤਰ੍ਹਾਂ ਜੋ ਬੱਚੇ ਨਾ ਮਾਸਕ ਵਗੈਰਾ ਲਗਾ ਕੇ ਜਾਂਦੇ ਆ ਸਕੂਲੇ, ਅਤੇ ਮਾਸਕ ਵਗੈਰਾ ਮਾਸਕ ਲਾ ਕੇ ਆਇਆ ਕਰੋ, ਰੱਖ ਕੇ ਆਓ ਅੰਦਰ ਬੈਗ, ਅਤੇ ਕਿਉਂਕਿ ਇਸ ਵਾਸਤੇ ਨਾ ਕਿਉਂਕਿ ਇੱਧਰ ਸਾਡਾ ਨਹੀਂ ਹੋਈਆਂ ਛੋਟੀਆਂ, ਅਤੇ ਹੁਣ ਦੇਖੋ ਕਹਿੰਦੇ ਆ ਛੁੱਟੀਆਂ ਹੋ ਜਾਣੀਆਂ ਬੱਚਿਆਂ ਨੂੰ, ਕਿਉਂਕਿ ਸਮੋਕ ਬਹੁਤ ਜ਼ਿਆਦਾ ਲੱਗ ਗਈ ਆ ਪੈਣ, ਇੰਨੀ ਕੁ ਜ਼ਿਆਦਾ ਪੈਂਦੀ ਪਈ ਨਾ ਸਮੋਕ, ਬਹੁਤ ਬਹੁਤ ਸਾਰੀ ਸਾਰੀ ਦਿਹਾੜੀ ਨਹੀਂ ਲੱਗਦੀ ਹੈਗੀ ਸਮੋਕ, ਇੱਦਾਂ ਹੀ ਰਹਿੰਦਾ ਮਤਲਬ ਸਾਰਾ ਟਾਈਮ, ਸੁਬਹ ਤੋਂ ਲਾ ਕੇ ਸ਼ਾਮ ਤੱਕ ਨਾ ਇੱਦਾਂ ਹੀ ਧੁੰਦ, ਇੱਦਾਂ ਧੁੰਦ ਤਾਂ ਨਹੀਂ ਹੈਗੀ ਸਮੋਕ ਹੀ ਆ, ਇਸ ਤਰ੍ਹਾਂ ਹੀ ਰਹਿੰਦੀ ਹੈ ਕਿਉਂਕਿ ਮੱਠੀ ਤਾਂ ਹੁੰਦੀ ਨਹੀਂ ਇੰਨੀ ਨਾ, ਸਰਦੀ ਤਾਂ ਨਹੀਂ ਹੈਗੀ ਇੰਨੀ, ਠੰਡ ਨਹੀਂ ਹੈਗੀ ਆਵੇ ਠੰਡ ਲੱਗਦੀ ਹੈ ਜਾਂ ਕਿਸ ਤਰ੍ਹਾਂ, ਨਹੀਂ ਠੰਡ ਨਹੀਂ ਹੈਗੀ, ਉੱਦਾਂ ਹੀ ਸਮੋਕ ਬਹੁਤ ਜ਼ਿਆਦਾ ਦੇ ਪਿਆ, ਅਤੇ ਹੈ ਵੀ ਨਿਰੀ ਨਿਰੀ ਬਿਮਾਰੀ ਹੈ ਜਿਹੜੀ, ਬਸ ਅੱਲਾ ਮਾਫੀ ਮਾਫੀ ਦੇਵੇ, ਇਹ ਜ਼ਿਆਦਾ ਗਲਿਆਂ ਦੇ ਹੀ ਪੈਣ, ਗਲੇ ਖਰਾਬ ਹੋਣ ਦੇ ਆ, ਬੁਖਾਰ ਦੇ ਆ, ਚੜਨ, ਇਸ ਵਾਸਤੇ ਨਾ ਚਲੋ ਜੇ ਸ਼ਾਇਦ ਇੱਧਰ ਵੀ ਬੱਚਿਆਂ ਨੂੰ ਛੁੱਟੀਆਂ ਹੋ ਜਾਣ ਸਕੂਲਾਂ ਵਿੱਚੋਂ, ਅਤੇ ਚਲੋ ਬੱਚੇ ਬਚ ਜਾਣਗੇ, ਕਿਉਂਕਿ ਜਾਂ ਤਾਂ ਗਲੇ ਫੜ ਹੋਣ ਦੇ ਸਮੋਕ ਦੇ ਨਾਲ, ਅਤੇ ਸਾਹ ਲੈਣਾ ਮੁਸ਼ਕਲ ਆ, ਕਿਉਂ ਬਹੁਤ ਜ਼ਿਆਦਾ ਮੁਸ਼ਕਲ ਸਾਹ ਲੈਣਾ, ਹਨ ਇੱਦਾਂ ਇੱਦਾਂ ਹੀ ਕਰੀਏ ਨਾ ਨਾ ਨਾਸ਼ਤਾ, ਅਤੇ ਵੈਸੇ ਹਾਲ ਇੱਦਾਂ ਬਣੇ ਆ ਭਾਅ ਦੇਖੋ ਤੂੰ ਉਹਨ ਉਹਨਾਂ ਬਹੁਤ ਦੇਈ ਫੋਲ ਲੈ ਕੱਪੜੇ, ਚੱਲ ਕੱਪੜੇ ਤਾਂ ਮੇਰੇ ਬਥੇਰੇ ਰਾਤ ਦੇ ਧੋ ਧੋ ਕੇ ਰੱਖੇ ਹੋਏ, ਦੱਸਾਂ ਕੀ ਕਰ ਮੈਂ ਤਾਂ ਜਿਹੜੀ ਬੰਨੀ ਨਾ ਇੱਥੋਂ ਵੀ ਪਾ ਕੇ ਤਾਰ ਅਤੇ ਇੱਦਾਂ ਬਣਵਾ ਲਾ ਇੱਕ, ਹੋਰ ਕੀ ਉਹ ਕਿ ਸਰਦੀ ਹੈਗਾ ਆ ਜਾਣੀ ਆ, ਚਲੋ ਬੰਦਾ ਬਰਾਂਡੇ 'ਚ ਕਿੱਥੋਂ ਸੁੱਕਣੇ ਕੱਪੜੇ 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 ਬੋਲ ਕੇ ਗਈ ਆ ਦੇਖ ਮੇਰੇ ਨਾਲ, ਕਿਉਂਕਿ ਸਿਆਣੇ ਕਹਿੰਦੇ ਬੰਦਾ ਖੁਦ ਅੱਛਾ ਨਾ ਹਰ ਹਰ ਵੀ ਅੱਛਾ, ਇਸ ਵਾਸਤੇ ਮੇਰੇ ਮਸਾਏ ਬਹੁਤ ਅੱਛੇ ਆ ਸ਼ੁਕਰ ਅੱਛਾ, ਅਤੇ ਹੁਣ ਜੀ ਚੱਲਦੀ ਹਾਂ ਨਾਸ਼ਤਾ ਵਗੈਰਾ ਕਰਦੇ ਹਾਂ, ਚਲੋ ਚਲੋ ਮੈਂ ਕਹਿ ਬਹਿਮੀ ਆ ਸੋਚ, ਚਲੋ ਰਾਤੀ ਲੋਕ ਨਹੀਂ ਸੀ ਬਣਾ ਸਕੀ ਹੈਗੀ, ਮੈਂ ਵੀ ਚਲੋ ਨਾਲੇ ਲੋਕ ਬਣਾ ਲਵਾਂ, ਨਾਲੇ ਮੈਂ ਸੁਬਹ ਸੁਬਹ ਟਾਈਮ ਸ਼ੇਅਰ ਕਰਦੇ ਹਾਂ, ਅਤੇ ਕਿਉਂਕਿ ਜੀ ਸ਼ਹਿਰਾਂ ਵਿੱਚ ਤਾਂ ਜਿਹੜੀ ਹੈਗੀ ਹੈਗੀ ਸਾਡੇ ਚੱਕਾਂ ਦੇ ਵਿੱਚ ਅੰਨੇ 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 ਵਾਹ ਸਮੋਕ ਬੜੀ ਪਈ ਇੱਧਰ, ਕੋਈ ਪਤਾ ਨਹੀਂ ਹੈ ਕਿ ਆਉਣ ਆਉਣ ਕਿੱਧਰੋਂ ਦੇਈ ਦੇਈ,
ਤੇ ਹੁਣ ਬਹੁਤ ਜ਼ਿਆਦਾ ਦੇ ਸਾਡਾ ਹੌਸਪੀਟਲ ਨਹੀਂ ਦਿਸਣ ਦਿਆ। ਦੇਖੋ ਹੌਸਪੀਟਲ ਤੋਂ ਮੇਰਾ ਘਰ ਦੂਰ ਦੂਰ ਤੇ ਨਹੀਂ ਹੈਗਾ, ਥੋੜਾ ਜਿਹਾ ਹੀ ਆ, ਦੋ ਥੋੜਾ ਜਿਹਾ ਫਰਕ ਆ ਦੋ ਘਰਾਂ ਦਾ, ਤੇ ਦੇਖਦੇ ਦਿਸ ਨਹੀਂ ਪਿਆ, ਇੰਨੀ ਜ਼ਿਆਦਾ ਸਮੋਕ ਆ। ਹੁਣ ਚੱਲਦੇ ਅੰਦਰ, ਅੰਦਰ ਚੱਲਦੇ ਆ ਜਾ ਕੇ ਨਾਸ਼ਤਾ ਵਗੈਰਾ ਕਰਦੇ ਆ ਜੀ। ਨਾਸ਼ਤਾ ਵਗੈਰਾ ਕਰਕੇ ਅਗਲਾ ਜੋ ਵੀ ਸੀਨ ਹੋਗਾ ਆਪਣਾ ਮੈਂ ਐਵੇਂ ਸ਼ੇਅਰ ਕਰਾਂਗੇ, ਤੇ ਮੈਂ ਕਿਹਾ ਚਲੋ ਆਪਣਾ ਵਲੋਗ ਸ਼ੁਰੂ ਕਰ ਲਵਾਂ, ਔਰ ਨਾਲੇ ਮੈਂ ਕਿਹਾ ਮੈਂ ਐਵੇਂ ਬਸ ਬੜਾ ਟਾਈਮ ਜਿਹੜਾ ਸਾਡੇ ਰੋਜ਼ ਸ਼ੇਅਰ ਕਰਦੇ ਚਿੜਾ। ਆਟਾ ਖਤਮ ਹੋਇਆ ਸੀ, ਆਟਾ ਪਿਆ ਕੇ ਲਿਆਂਦਾ, ਕੱਲ੍ਹ ਸ਼ਾਮੀ ਪਿਆ ਕੇ ਲੈ ਕੇ ਆਇਆ ਬਾਈ। ਇਹ ਹੁਣ ਡਰੰਮੀ ਧੋ ਕੇ ਅੱਜ ਤੇ ਡਰੰਮੀ 'ਚ ਪਾਵਾਂਗੇ ਆਟਾ, ਔਰ ਆਹ ਵਾਲੀ ਚਾਹ ਫਿਰ ਦੇਖ ਧੋਂਦੇ ਹੀ ਹੁਣ ਅੰਦਰ ਅੰਦਰ ਨੂੰ ਦਹੀਂ ਹੁਣ ਧੋਂਦੇ, ਦੇਖ ਆ ਸਮੋਕ ਨਾ ਅੰਦਰ ਨੂੰ ਦਹੀਂ ਵੜਨ, ਉਹ ਉੱਪਰ ਦੀ ਉਹ ਜਾਲੀ ਖਾਣੀ ਦੀ, ਅਤੇ ਆਹ ਵਾਲੀ ਚਾਹ ਪਈ ਕਿਉਂਕਿ ਨਾਲ ਦੇ ਮਸਾਏ ਗਏ ਸੀ ਲੈ ਕੇ, ਕਿਉਂਕਿ ਇਹ ਹੁਣ ਰੱਖਦੀ ਹਾਂ ਅੰਦਰ ਅੰਦਰ ਰੱਖਦੀ ਹਾਂ, ਕਿਉਂਕਿ ਇਹਦੇ 'ਤੇ ਨਾ ਚਾਦਰ ਵਿਛਾ ਕੇ ਨਾ, ਕਿਉਂਕਿ ਨਵੀਆਂ ਚਾਰ ਪਾਈਆਂ ਤਾਂ ਚਾਦਰਾਂ ਵਿਛਾ ਕੇ ਤਾਂ ਰੱਖੀਆਂ ਹੋਈਆਂ, ਜਿਹੜੀਆਂ ਘਰ ਇਸਤੇਮਾਲ ਕਰਨ ਵਾਲੀਆਂ ਨਾ ਉਹ ਹੈਗੀਆਂ ਲੈਦਾ, ਕਿਉਂਕਿ ਘਰ ਆਮ ਇਸਤੇਮਾਲ ਹੁੰਦੇ ਆ। ਅਤੇ ਹੁਣ ਮੈਂ ਨਾ ਸਰੋਜ ਪੁੱਤੇ ਆ ਨਾ ਮੇਰੇ ਚਾਰ ਪਾਈ ਰੱਖਵਾ ਉੱਪਰ, ਪੁੱਤ ਪਏ ਰਹੋ ਪਏ ਪਏ ਰਹੋ ਸਕੂਨ ਦੇ ਨਾਲ, ਅੱਛਾ ਆ ਮੇਰਾ ਪੁੱਤ ਰੱਖਵਾ ਉੱਤੇ ਚਲਾਉਂਦੇ ਸਾਨੂੰ। ਘਰ ਆਮ ਇਸਤੇਮਾਲ ਹੁੰਦੇ ਨਾ ਮੰਜੇ ਉਹ ਹੈਗਾ ਉੱਪਰ ਬਰਤਨ ਲੈ ਕੇ ਕਹਿੰਦਾ ਮਾਮਾ ਦੁੱਧ ਨਹੀਂ ਆਇਆ ਹੈਗਾ, ਤੇ ਤੂੰ ਮੇਰੇ ਪੁੱਤ ਨੂੰ ਲਿਆ ਦੁੱਧ, ਅੱਛਾ ਪੂਰੀ ਸਲਵਾਰ ਪਾ ਲਾ ਪਾ ਕੇ ਚੱਲ ਤੇ ਜੀ ਉੱਪਰ ਜਾਣੀ ਆ, ਸਿਲੰਡਰ ਕਿਉਂਕਿ ਖਤਮ ਹੋਇਆ ਵਾ ਸਿਲੰਡਰ ਖਤਮ ਹੋਇਆ ਹੋਇਆ ਵਾ, ਤੇ ਕਿਉਂਕਿ ਜੀ ਅੱਗ ਜਾਲਦੀ ਆ ਜਾਲ ਕੇ ਔਰ ਨਾਸ਼ਤਾ ਜਿਹੜਾ ਨਾ ਉਹ ਕਰਦੇ ਆ। ਅੱਛਾ ਜੀ ਇੰਨਾ ਹੈਗੀ ਛੁੱਟੀ, ਜਿੱਦਾਂ ਛੁੱਟੀ ਹੋਵੇ ਨਾ ਟੀਚਰਾਂ ਤੇ ਬਹੁਤ ਉਸਤਾਦ ਖੁਸ਼ ਹੋ ਕੇ ਰਹਿੰਦੇ ਆ, ਤੇ ਘਰ ਇਹਨਾਂ ਮਾਵਾਂ ਨੂੰ ਮਗਰ ਤੰਗ ਕਰਕੇ ਰੱਖ ਦਿੰਦੇ ਆ, ਅਸਲ ਮੈਂ ਨਹੀਂ ਕਰਦਾ ਮੰਮਾ ਸੁਬਾ ਸੁਬਾ ਉੱਠਦੇ ਹੁਣ ਤੁਹਾਨੂੰ ਦੱਸਾਂ ਸੁਬਾ ਸੁਬਾ ਪਹਿਲਾਂ ਪਹਿਲਾਂ ਕੌਣ ਲੜ ਚੁੱਕਿਆ, ਔਰ ਉੱਠਦੇ ਆ ਸਾਰੇ ਮਾਹਮ ਤੇ ਸ਼ਜ਼ੇਬ ਇੰਨਾ ਆਪਸ ਮੈਂ ਲੜੇ ਨਾ ਏਦਾਂ ਜਿਵੇਂ ਕਿੰਨਾ ਕਾਂ ਸੁਣਾ ਤਾਂ ਇਹਨਾਂ ਨੇ ਫਸਾਈ ਹੋਈ ਮੱਝ ਡਿੱਗ ਗਈ ਤੇ ਹੁਣ 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 ਦੋਨਾਂ ਭਰਾਵਾਂ ਦੀ ਚੁੰਝਾਂ ਫਸ ਗਈਆਂ।